ਜਾਨੀ ਤੈਨੂੰ ਅੰਨਾ ਹੋਇਆ ਹੈ ਭਾਈ ਸਾਹਿਬ ਦੀਨਾ ਤੁਹਾਨੂੰ ਵੀ ਆ ਤੇ ਮੈਨੂੰ ਵੀ ਆ ਸਾਈਡ ਤੇ ਐਡੀ ਚੌੜੀ ਸੜਕ ਪਈ ਹੈ ਜਿਵੇਂ ਮਰਜ਼ੀ ਲੰਘ ਜਾਂਦੇ ਵਿੱਚੋਂ ਫੜ ਚਾਰ ਕੋ ਕੰਨਾ ਮੁੱਢ ਲੱਗ ਜਾਣ ਤਾਂ ਸੈਟ ਪੂਰੀ ਦੇਣੀ ਆ ਜਾਓ ਜਵਾਨਾ ਬਜ਼ੁਰਗੋ ਤੁਸੀਂ ਤਾਂ ਖਾਮ ਖਾ ਚੈਵੇਂ ਗਰਮ ਹੋਈ ਜਾਂਦੇ ਚਲੋ ਛੱਡੋ ਬਲਵੰਤ ਸਿੰਘ ਜੀ ਕਾਹਨੂੰ ਝਗੜਾ ਵਧਾਉਂਦੇ ਹੋ ਕਾਕਾ ਜੀ ਜਾਓ ਤੁਸੀਂ ਕੀ ਸਮਝਦਾ ਆਪਣੇ ਆਪ ਨੂੰ ਐਵੇਂ ਬੇਮਤਲਬ ਦੀ ਲੜਾਈ ਸਵੇਰੇ ਸਵੇਰੇ ਸ਼ਮਸ਼ੇਰ ਦਾ ਪਾਲਿਆ ਹੋਇਆ ਵੱਡਾ ਸਾਨ ਜਦ ਵੀ ਇਹਨੂੰ ਵੇਖਦਾ ਮੈਨੂੰ ਲਾਂਬੂ ਲੱਗ ਜਾਂਦਾ ਹੈ ਉਹ ਫਿਕਰ ਨਾ ਕਰੋ ਦਾਰ ਜੀ ਇਹਦਾ ਕੰਡਾ ਵੀ ਕੱਢ ਦਿਆਂਗੇ ਭਾਜੀ ਕੀ ਹੋਇਆ ਹੋਇਆ ਬਲਵੰਤ ਦਾ ਪੋਤਾ ਆਪਣਾ ਟਰੈਕਟਰ ਰੋਕੀ ਖੜਾ ਹੈ ਕੀ ਕਹਿੰਦਾ ਮੇਰੇ ਖੇਤਾਂ 'ਚ ਯੂਰੀਆ ਉਹਦੇ ਘਰ ਸੁੱਟ ਗਿਆ ਚੱਲ ਮੈਂ ਵੇਖਦਾ ਸਰਦਾਰ ਹੁਣ ਉਹਨਾਂ ਨੂੰ ਰਹਿਣ ਦੇ ਉਹਦੇ ਵਾਸਤੇ ਤਾਂ ਮੈਂ ਇਕੱਲਾ ਹੀ ਕਾਫੀ ਹਾਂ ਚੱਲ ਓਏ ਪਿੰਦੀਆਂ ਨੂੰ ਵੀ ਖੰਭ ਲੱਗ ਗਏ ਜੇ ਹੈ ਮੜਾ ਤਾਂ ਆ ਜਾ ਥੱਲੇ ਇਹਦੀ ਭਾਜੀ ਮੈਂ ਹੀ ਮੋੜਾਂਗਾ ਬੜੇ ਦਿਨਾਂ ਦੀ ਠੰਡੀ ਪਈ ਅੱਗ ਤੇ ਤੇਲ ਛਿੜਕਿਆ ਹੀ ਜੀਤਿਆ ਹੁਣ ਲੱਥੂ ਜੱਟ ਦੇ ਗੰਡਾਸੇ ਦਾ ਜੰਗਾਲ ਤੂੰ ਤੈਵੇਂ ਹੀ ਘਬਰਾਈ ਫਿਰਨੀ ਹੈ ਲੱਡੂ ਹਨ ਲੱਡੂ ਤੇਰਾ ਪੁੱਤਕੁੱਟ ਖਾ ਕੇ ਨੀ ਦੁਸ਼ਮਣ ਦੀ ਭੁਗਤ ਸਵਾਰ ਕੇ ਆਇਆ ਹੈ ਓਏ ਜੱਟ ਅੱਧਾ ਵੱਡਿਆ ਜੇ ਪਰਵਾਹ ਨਹੀਂ ਕਰਦਾ ਹੈ ਤਾਂ ਚਾਰ ਝਰੀਟਾਂ ਨੇ ਸੁਖ ਸੁਖ ਬੋਲੋ ਜੀ ਮੇਰੀ ਜਾਨ ਨਿਕਲ ਰਹੀ ਹੈ ਤੇ ਤੁਹਾਨੂੰ ਚਾਹ ਚਾਹਿਆ ਹੋਇਆ ਹੈ ਤੁਹਾਨੂੰ ਕੀ ਪਤਾ ਮਾਰੇ ਦਿਲ ਦਾ ਕਮਲੀ ਨਾ ਹੋਵੇ ਤਾਂ ਨੇਰੇ ਸਵੇਰੇ ਮੁੰਡੇ ਨੂੰ ਕੁਛ ਹੋ ਗਿਆ ਤਾਂ ਕਿੱਥੋਂ ਪੁੱਤ ਭਾਲਦੀ ਫਿਰੇਂਗੀ ਜੀਤ ਨੂੰ ਤਾਂ ਮੈਂ ਆਪਣੇ ਨਾਲ ਹੀ ਲੈ ਜਾਂਦੀ ਹਾਂ ਸ਼ਹਿਰ ਪਹਿਲੀ ਕਿੰਨੇ ਸਾਲ ਇਹ ਘਰੋਂ ਪਾ ਰਿਹਾ ਹੁਣ ਤਾਂ ਮੈਂ ਇਹਦਾ ਵਿਆਹ ਕਰਾਂਗੀ ਨੂੰ ਕਰ ਲਿਆਵਾਂਗਾ ਉਹ ਤਾਂ ਤੇਰੀ ਗੱਲ ਠੀਕ ਹੈ ਭਾਬੀ ਪਰ ਮੇਰਾ ਤਾਂ ਇਹੋ ਹੀ ਕਹਿਣਾ ਹੈ ਕਿ ਦੁਸ਼ਮਣ ਦਾ ਵਸਾ ਨਾ ਕਰੀ ਮੈਂ ਜਾਣੀਏ ਘਰ 'ਚ ਦੁਸ਼ਮਣ ਬੈਠਾ ਹੋਵੇ ਤੂੰ ਤਾਂ ਭੂਆ ਐਵੇਂ ਡਰ ਜਾਂਦੀ ਹੈ ਮੈਂ ਕੋਈ ਨਿਆਣਾ ਵਾ ਬੈ ਚੱਲ ਅੰਦਰ ਚਲੋ ਬੀ ਚੱਲੀ ਮੈਂ ਕਾਹਨੂੰ ਡਰਦੀ ਹਾਂ ਆਹ ਬਲਵੰਤ ਦਾ ਟੱਬਰ ਤਾਂ ਡੂਮਣੇ ਵਾਂਗੂ ਮਗਰ ਪਿਆ ਹੋਇਆ ਹੈ ਤਾਂ ਹੀ ਤਾਂ ਇਹਨਾਂ ਦੀ ਵੱਢ ਖਾਣੇ ਵਾਲ ਪਈ ਹੋਈ ਹੈ ਇਹੋ ਜਿਹੇ ਬੰਦੇ ਨੂੰ ਤਾਂ ਰੱਬ ਵੀ ਨਹੀਂ ਚੱਕਦਾ ਖੱਬੀ ਅੱਖ ਭਰਤੀ ਹੈ ਚੁੱਕੂਗਾ ਓਏ ਸੇਵਾ ਰਾਮਾ ਤੂੰ ਸਾਰੀ ਉਮਰ ਠੱਪੇ ਹੀ ਲਾਏ ਜਾਏਗਾ ਤੇਰਾ ਹੋਰ ਕੁਛ ਨਹੀਂ ਬਣਨਾ ਮੈਂ ਦੱਸਾਂ ਜੇ ਕੋਈ ਮਰੇ ਤਾਂ ਉਹਦੀ ਖਬਰ ਮੈਂ ਹੀ ਦੇਵਾਂ ਜੇ ਕੋਈ ਜੰਮੇ ਤਾਂ ਉਹਦੀ ਖਬਰ ਮੈਂ ਹੀ ਦੇਵਾਂ ਪਰਸੋਂ ਮੈਂ ਪ੍ਰਤਾਪੀ ਕੋਲੇ ਗਿਆ ਮੈਂ ਕਿਹਾ ਆ ਲੈ ਤੇਰੀ ਚਿੱਠੀ ਹੈ ਮੈਨੂੰ ਕਹਿੰਦੀ ਭਾਈ ਪੜ੍ਹ ਕੇ ਸੁਣਾ ਦੇ ਮੈਂ ਪੜ੍ਹ ਕੇ ਸੁਣਾ ਦਾ ਵੀ ਛੋਟੇ ਬੁੜ ਦੀ ਟੰਗ ਟੁੱਟ ਗਈ ਮੇਰੇ ਮਗਰ ਐ ਪੈ ਗਈ ਜਿਵੇਂ ਸੋਈ ਕੁੱਤੀ ਪੈਂਦੀ ਹੁੰਦੀ ਹੈ ਟੰਗ ਉਹਦੀ ਮੈਂ ਤੋੜੀ ਹੈ ਗੱਲ ਨਹੀਂ ਬਾਤ ਨਹੀਂ ਖਾਉਂਦਾ ਪਹਿਲਾਂ ਕੋਈ ਨਾ ਅੱਜ ਕੱਲ੍ਹ ਮੈਂ ਐਸਾ ਤੁਸੀਂ ਜਿਹੜੇ ਖਾਉਂਦੇ ਹੋ ਤੁਸੀਂ ਵੀ ਨਾਂਗੀ ਬੈਠੇ ਹੋ ਮੈਂ ਤੁਹਾਨੂੰ ਦੇਖ ਲਿਆ ਬੜਾ ਜਾ ਮੈਂ ਤਾਂ ਭੁੱਖਾ ਮਰੀ ਜਾਂਦਾ ਅੱਜ ਪਰ ਕੀ ਦਾ ਮੂੰਹ ਦੇਖ ਕੇ ਆਇਆ ਹੈਂ ਅਮਲੀ ਓਏ ਆ ਜਾ ਅਮਲੀ ਆ ਜਾ ਤੂੰ ਆ ਜਾ ਜਾ ਚਲੋ ਬੜੇ ਉੱਥੇ ਮੈਨੂੰ ਕਾਨੂੰਨੀ ਕਾਰਵਾਈ ਕਰਨ ਦਿਓ ਮੈਂ ਦੱਸਾਂ ਚਲੋ ਬਈ ਚਲੋ ਕਰੋ ਕਰੋ ਆ ਲੈ ਤੇਰੇ ਸਹੁਰਿਆਂ ਤੋਂ ਚਿੱਠੀ ਆਈ ਹੈ ਮੇਰਾ ਹਲੇ ਵਿਆਹ ਹੀ ਨਹੀਂ ਹੋਇਆ ਓਏ ਅੱਜ ਕੱਲ ਵਿਆਹ ਤੋਂ ਪਹਿਲਾਂ ਸਹੁਰਿਆਂ ਤੋਂ ਚਿੱਠੀਆਂ ਆਉਣ ਲੱਗ ਗਈਆਂ ਇਹ ਆ ਲੈ ਮੇਰੇ ਵਿਆਹ ਪਰ ਮੇਰੇ ਮਾਪਿਓ ਨੇ ਮੈਨੂੰ ਦੱਸਿਆ ਹੀ ਨਹੀਂ ਓਏ ਉਹ ਤੈਨੂੰ ਕਿਵੇਂ ਦੱਸਣ ਉਹਦਾ ਤੇਰੇ ਤੇ ਲਾਲ ਡਾਟ ਰੱਖਦੇ ਆ ਮੈਂ ਕਿਤੇ ਵਿਆਹ ਹੋ ਗਿਆ ਤਾਂ ਜ਼ਮੀਨ ਵੰਡਵਾ ਲੂਗਾ ਮੈਂ ਚੱਕ ਦੂੰ ਫਟੇ ਉਹ ਬੁੜਿਆ ਮੈਂ ਆਨਾ ਮੈਂ ਤੇਰੇ ਚੱਕ ਦੂੰ ਫਟੇ ਆ ਲੈ ਅੱਜ ਚੱਲ ਲੈ ਲੈ
ਮੈਨੂੰ ਪੜ ਕੇ ਸੁਣਾ ਜਰਾ। ਹਾਂ ਪੜ ਕੇ ਮੈਂ ਸੁਣਾ ਦਿੰਦਾ। ਇਹ ਹੱਲ ਹੈ ਚਿੱਠੀ ਚ ਲਿਖਿਆ ਹੈ, ਪਿਆਰੇ ਅਮਲੀ ਰੁਲੀਆ ਜੀ, ਸਾਡੀ ਕੁੜੀ ਬਿਲਕੁਲ ਠੀਕ ਹੈ, ਤੈਨੂੰ ਬਹੁਤ ਯਾਦ ਕਰਦੀ ਹੈ। ਯਾਦ ਕਿਦਾਂ ਕਰੇ? ਪਿਛਲੇ ਦਿਨੀ ਉਹਦੇ ਸਿਰ ਵਿੱਚ ਫੁੰਸੀ ਨਿਕਲ ਆਈ ਸੀ। ਫੁੰਸੀ ਕਿਦਾਂ ਨਿਕਲ ਆਈ ਸੀ? ਵਿਆਹ ਤੋਂ ਪਹਿਲਾਂ ਫੋੜੇ ਫੁੰਸੀਆਂ ਹੋ ਜਾਂਦੀਆਂ ਹੁੰਦੀਆਂ। ਅੱਛਾ ਮੈਂ ਆਪੇ ਜੀ ਕਰਾ ਲੂੰਗਾ। ਆਪੇ ਠੀਕ ਕਰਾ ਦੀ। ਹੁਣ ਉਹ ਕੁੜੀ ਲੱਸੀ ਹੋ ਗਈ ਹੈ। ਉਹਦੇ ਵਾਸਤੇ ਅੱਧਾ ਕਿਲੋ ਘਿਓ, 2 ਕਿਲੋ ਗੁੜ ਤੇ ਸਲਵਾਰ ਕਮੀਜ਼ ਵਾਸਤੇ ਕੱਪੜਾ ਲੋੜੀਦਾ ਹੈ। ਉਹ ਤਾਂ ਠੀਕ ਹੈ ਜੀ, ਇੱਥੇ ਖਰਚਾ ਕਿਵੇਂ ਆਊਗਾ? ਖਰਚਾ ਤੈਨੂੰ ਮੈਂ ਦੱਸ ਦਿੰਦਾ, ਕੋਈ ਖਰਚਾ ਜ਼ਿਆਦਾ ਨਹੀਂ ਆਉਣਾ। ਖਰਚਾ 4 ਰੁਪਏ, 6 ਤੇ 4 10, 10 ਤੇ 12 22 22 ਇੱਕ ਹੀ ਸਮਝ ਲੈ, 20 ਆ ਜੂਗਾ। 20 ਕੁ ਮੈਂ ਕਰ ਲੂੰਗਾ। ਆਹ 20 ਰੁਪਏ ਲਿਆ, ਜਿੱਦਾਂ ਜਿਹੜੀਆਂ ਚੀਜ਼ਾਂ ਲਿਖੀਆਂ ਆਪੇ ਦੇ ਆਈ। ਠੀਕ ਹੈ ਅਬੂ, ਬੁੜੇ ਠੀਕ ਹੈ। ਮੈਂ ਚੱਕਲਾ ਫੱਟੇ ਹੋਏ ਜਾ ਕੇ ਸਮਝਦਾ ਕੀ ਬੁੜਾ। ਠੀਕ ਹੈ ਅਮਲੀਆ, ਤੈਨੂੰ ਚਾਹੇ 30 ਦਿਨ ਫੀਮ ਨਾ ਜੁੜੇ, ਪਰ ਸਾਡਾ ਤੋਰੀ ਫੁਲਕੇ ਦਾ ਇੰਤਜ਼ਾਮ ਹੋ ਗਿਆ। ਗੱਲ ਹੀ ਬਾਤ ਨਹੀਂ। ਮੈਂ ਦੀਦਾ ਨਹੀਂ, ਤੈਨੂੰ ਅੰਨਾ ਹੋਇਆ ਜੀ? ਮਾਫ ਕਰਨਾ, ਮੈਂ ਤੁਹਾਨੂੰ ਵੇਖਿਆ ਨਹੀਂ ਸੀ। ਹੁਣ ਇਹ ਰੌਲਾ ਪਾ ਦੇਵਾਂ ਤੇ ਦੋ ਦਿਸਣ ਲੱਗ ਪੈਣਗੀਆਂ। ਦਿਖਾ ਤੈਨੂੰ ਪਿੰਡ ਦੀ ਕੁੜੀ ਨੂੰ ਛੇੜਨ ਦਾ ਸਵਾਦ। ਵੇਖੀ ਅੱਖਾਂ ਪਾੜ ਪਾੜ ਕੇ ਦੇਖ ਰਿਹਾ, ਪਤਾ ਨਹੀਂ ਕੀ ਸਮਝਦਾ ਆਪਣੇ ਆਪ। ਮੋਇਆ, ਮੇਰਾ ਗੰਨਾ ਚੁਬਨ ਦਾ ਸਵਾਦ ਖਰਾਬ ਕਰਦਾ। ਸੁਣੋ ਨਾ, ਹੁਣ ਕੀ ਹੋਇਆ? ਤੁਹਾਡੀ ਚਾਂਜਰ ਕਿਹੜੀ ਸੋਚ ਵਿੱਚ ਡੁੱਬਿਓ ਮੇਰੀ ਸਰਕਾਰ? ਸੋਚ ਰਹੀ ਹਾਂ ਸਾਡੇ ਦੋਨਾਂ ਦੇ ਘਰਾਂ ਵਿੱਚ ਬਣੀ ਇਸ ਦੁਸ਼ਮਣੀ ਦੀ ਦੀਵਾਰ ਤੱਕ ਹੀ ਹੋ। ਇਸ ਦੀਵਾਰ ਨੂੰ ਤਾਂ ਟੁੱਟਣੇ ਕੋ, ਤੂੰ ਵੇਖੀ ਸਾਡਾ ਪਿਆਰ ਦੋਹਾਂ ਘਰਾਂ ਵਿਚਾਲੇ ਪੁਲ ਬਣੇਗਾ। ਸਾਡੇ ਰਿਸ਼ਤੇ ਦੀ ਉਮਰ ਸੁੱਖ ਨਾਲ ਬਹੁਤ ਲੰਮੀਆਂ ਚੱਲੀ। ਕਈ ਵਾਰ ਮੇਰੇ ਦਿਲ ਤੇ ਖੌਫ ਛਾ ਜਾਂਦਾ ਹੈ, ਤੇਰਾ ਤਾਂ ਤਾਰੀ ਕਿੰਦੇ ਗੁਜ਼ਰ ਜਾਂਦੀ ਹੈ। ਮੈਨੂੰ ਹਮੇਸ਼ਾ ਆਪਣੇ ਸੰਗ ਰੱਖੀ ਗੁਰਦਿੱਤ, ਮੈਂ ਤੇਰਾ ਵਿਛੋੜਾ ਨਹੀਂ ਸਹਿ ਸਕਦੀ। ਕਮਲੀ ਨਾ ਹੋਵੇ ਤਾਂ ਸਾਡੇ ਵਿਛੋੜੇ ਦਾ ਦੂਜਾ ਨਾਲ ਮੌਤ ਹੋਵੇਗਾ ਚੰਨੀ। ਗੁਰਦਿੱਤ ਚੰਗਾ ਹੈ, ਚਲਦੀ ਹਾਂ, ਕਬੀਲਾ ਹੋ ਗਿਆ। ਅਈ ਸ਼ਾਬਾਸ਼ੇ, ਦੁਸ਼ਮਣਾਂ ਚ ਇਸ਼ਕ ਤੇ ਚਾ, ਰਜਾਈ ਚ ਗੁੜ ਖਾਈ ਜਾਂਦੇ ਹੋ ਚੋਰੀ ਚੋਰੀ। ਸਾਡੀ ਵੀ ਇਲ ਦੀ ਅੱਖ ਹੈ, ਦੂਰੋਂ ਤਾਲ ਲਈਦਾ। ਸੇਵਾ ਰਾਮਾ, ਤੇਰੀ ਤਾਂ ਚਾਂਦੀ ਬਣ ਗਈ, ਤੇਰੇ ਹੱਥੇ ਤਾਂ ਰਿਜ਼ਰਵ ਬੈਂਕ ਦਾ ਚੈੱਕ ਆ ਗਿਆ। ਕਿਤੇ ਔਖੇ ਵੇਲੇ ਕੈਸ਼ ਕਰਾਈ, ਕਿਤੇ ਐਵੇਂ ਚੁੰਝਾ ਮਾਰੀ ਨਹੀਂ ਸਾਰਿਆ। ਵੀਰ ਜੀ ਮੈਨੂੰ ਪਤਾ ਕੀ ਕਹਿੰਦੀ। ਕੀ ਕਹਿੰਦੀ? ਕਹਿੰਦੀ ਦਿਖਾਵਾਂ ਤੈਨੂੰ ਪਿੰਡ ਦੀ ਕੁੜੀ ਨੂੰ ਛੇੜਨ ਦਾ ਸਵਾਲ। ਅੱਛਾ ਤਾਂ ਮੇਰਾ ਸ਼ੇਰ ਹੁਣ ਜਵਾਨ ਹੋ ਗਿਆ। ਕੀ ਗੱਲ ਹੈ? ਕੋਈ ਨਹੀਂ। ਅੱਛਾ ਚੱਲ ਐਂ ਦੱਸ ਬਈ, ਉਹ ਹੈ ਕੌਣ? ਮੈਂ ਨਾ ਨੀ ਦੱਸੂਗਾ। ਬੱਚੇ ਇਸ਼ਕ ਤੇ ਮੁਸ਼ਕ ਦੇ ਛੁਪਾਇਆ ਨਹੀਂ ਛੁਪਦੇ। ਤੂੰ ਐਂ ਦੱਸ ਤੇਰੀ ਗੱਲ ਬਣੀ ਕਿ ਨਹੀਂ? ਮੇਰੀ ਗੱਲ ਜਦ ਬਣੀ ਨਾ, ਮੈਂ ਤਾਂ ਕੋਠੇ ਚੜ੍ਹ ਕੇ ਤੁਹਾਈ ਪਾ ਦੂ। ਮੈਂ ਕਿਹਾ ਤੁਹਾਡਾ ਕੀ ਹਾਲ ਹੈ? ਸ਼ੈਤਾਨ ਕਿਤੋਂ ਦਾ ਕਮਾਲ ਹੈ ਵੀਰ ਜੀ, ਜਦੋਂ ਵੀ ਇਸ਼ਕ ਨਾਲ ਹੋ ਤੁਸੀਂ ਐਵੇਂ ਸ਼ਰਮਾ ਜਾਂਦੇ। ਮੈਂ ਕਿਹਾ ਜਦ ਭਾਬੀ ਕਰਾਊਗੀ ਉਦੋਂ ਕੀ ਕਰੋਗੇ? ਵੱਡੇ ਭਰਾ ਨਾਲ ਮਸ਼ਕਰੀਆਂ ਕਰਨਾ ਨਹੀਂ ਚੜਦਾ ਜੀ। ਹਾਂ ਵੀਰ ਜੀ, ਗੁਸਲਖਾਨੇ ਚ ਤੱਤਾ ਪਾਣੀ ਰੱਖਿਆ, ਪਹਿਲੇ ਨਹਾ ਲੈ ਫਿਰ ਰੋਟੀ ਖਾ ਲੈ। ਮੈਨੂੰ ਅਜੇ ਭੁੱਖ ਨਹੀਂ। ਛੇਤੀ ਨਹਾ ਲੈ ਪੁੱਤਰ, ਨਹੀਂ ਤਾਂ ਰੋਟੀ ਠੰਡੀ ਹੋ ਜਾਓ। ਬਾਅਦ ਵਿੱਚ ਮੈਂ ਹਜੇ ਵੀ ਨਾ ਬਹੁਤ ਸਾਰੀਆਂ ਗੱਲਾਂ ਕਰਨੀਆਂ। ਕਿਉਂ ਵੀਰ? ਗੱਲਾਂ ਕਰਨ ਨੂੰ ਤਾਂ ਸਾਰੀ ਉਮਰ ਪਈ ਹੈ। ਓਫੋ, ਤੁਸੀਂ ਜਾਓ ਨਾ। ਜਾ ਕੇ ਰੋਟੀ ਖਾ ਲੈ। ਖਾ ਲੈ? ਖਾ ਲੈ ਨਹੀਂ, ਖਾਵਾਂਗੇ। ਪਹਿਲਾਂ ਇਹ ਸਟੋਰੀ ਜਰਾ ਦੀ ਐਂਡ ਤਾਂ ਲਾ ਲਈਏ। ਕਿਉਂ? ਅੱਜ ਇਹ ਖਾਣੀ ਖੱਬੀ ਅੱਖ ਫੜ ਕੇ ਨਹੀਂ ਰਹਿੰਦੀ ਹੈ ਨਾ ਭਾਬੀ ਜੀ, ਤਾਂ ਨਿਆਣਾ ਉਹ ਵੱਡੇ ਦੇ ਚਾਲੇ ਮੈਨੂੰ ਠੀਕ ਨਹੀਂ ਦਿੰਦੇ। ਇਹ ਕੀ ਕਹਿ ਰਹੇ ਭੈਣ ਜੀ? ਤੂੰ ਤਾਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ, ਇਹ ਤਾਂ ਅੰਨੇ ਨੂੰ ਵੀ ਦੀਂਦਾ ਵੀ ਉਹਦੇ ਮਨ ਵਿੱਚ ਕੀ ਹੈ। ਇਹ ਮੋਮੋ ਠੱਗਣਾ ਜਿਹੜਾ ਬਹੁਤਾ ਮਿੱਠਾ ਬਣਿਆ ਫਿਰਦਾ ਨਾ, ਮੇਰੀ ਜ਼ਹਿਰ ਦੀ ਕੁੜੀ ਹੈ, ਮੇਰੀ ਤਾਂ ਜਾਨ ਮੁੱਠੀ ਚਾਈ ਰਹਿੰਦੀ ਹੈ। ਉਹਨੂੰ ਕਹਦਾ ਲਾਲਚ? ਕੁੜੇ ਲਾਲਚ ਤੈਨੂੰ ਨਹੀਂ ਦਿੰਦਾ? ਭਰਿਆ ਭਰਾਇਆ ਘਰ, ਜ਼ਮੀਨ, ਜਾਇਦਾਦ, ਟਰੈਕਟਰ, ਮੱਝਾਂ, ਉਹਦੀ ਕਿਹੜਾ ਇਸ ਘਰ ਨਾਲ ਖੂਨ ਦੀ ਸਾਂਝ ਆ ਵੀ ਤਰਸ ਕਰੂ? ਮੈਂ ਜਾਣੀ ਹੈ ਪਿੰਡ ਚੋਂ ਕਿਸੇ ਦੀ ਚੁੱਕ ਚ ਆ ਜੇ, ਭਾਵੇਂ ਮੇਰੀ ਗੱਲ ਚੰਗੀ ਲੱਗੇ ਭਾਵੇਂ ਲੱਗੇ ਮੰਦੀ। ਨਾ ਭਾਬੀ, ਤੇਰਾ ਤਾਂ ਇੱਕੋ ਇੱਕ ਜੀ ਹੈ, ਰੱਬ ਸੁੱਖ ਰੱਖੇ।
पर इस पर आए खून का भरोसा ना करी। मैनू तो यही नीत जमा ही खोटी लगती है। देखी किधर अखा मीच के बैठी रहे घर का चिराग बुझा बैठे। सुनिया पागो उच्ची पिंड आलिया राती बुढ़ा फेर कुट दिता कुड़े का तो ना तेनू कानू पता है बुढ़ा जवाई दे चक च सी आखे जमीन ती दे ना विलवाओ। पर एक गल पागो तेरी इस चुगल विद्या ने बुढ़े दे हड तोड़वा दिते। नी छड परा एहो जी गल्ला तो मैं कोहा मिल दूर हां। कुड़े तू सफारी मुंह बटी बैठी हो कोई गल तो सुनाओ। सानू नहीं आंदी कुड़े कोट खनिका दा हाज मैं भाई थोड़ा मैं ते ढड दी गल ना करा ता फिर मैं ना थाए मर जा। तदे कर कर पुआड़े पेंदे ने रहन दे फाफा। जद भी पिंड विच आवे कोई ना कोई नवा चन चोड़ के जानी है। तू है फफे कुटनी तू तेरी मां तेरा खोड़ मां तू 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 मैं जान दी तेनु ਨੀ ਗੱਲੇ ਦੇ ਬਾਗਾ ਚ ਅੰਬ ਚੁਗਦੀ ਚੁਗਦੀ ਨੇ ਉਹ ਚੁੰਨੀਆਂ ਖਾ ਜੰਮਦਾ ਆ। ਮੈਂ ਨਹੀਂ ਮਾਰਦੀ ਅੱਜ ਤੇ ਜੁੱਤੀ ਆ ਲੈ ਨੇ ਤੇਰੇ ਖਸਮ ਨੂੰ ਜੇ ਹੱਥ ਨੇ ਹੱਟ ਪੋਲੇ ਨਾ ਕਰਾਏ ਤੇ ਮੇਰਾ ਨਾਮ ਵੀ ਭਾਗੋ ਨਹੀਂ ਭਾਗੋ। ਨੀ ਜਾ ਜਾ ਵੇਖ ਲਾਂਗੀ ਕਿਵੇਂ ਚੌੜੀ ਹੋਈ ਬੈਠੀ ਹੈ। ਬਸ ਗਈ ਨਾ ਤਾਂ ਨੀ ਜੇ ਮੈਂ ਦੱਸ ਦਿੰਦੀ ਤਾਂ ਕਿਸੇ ਨੇ ਮੁੱਲ ਦੀ ਵੀ ਨਹੀਂ ਖਰੀਦਣੀ ਸੀ। ਦੇ ਸੀ ਸਭ ਭਾਗੋ ਨੂੰ ਜਿਹਨੇ ਐਡੇ ਵੱਡੇ ਘਰ ਦੀ ਮਾਲਕਣ ਬਣਾਈ ਹੈ। ਅੰਬ ਚੁਗਦੀ ਨੇ ਨਿਆਣੇ ਠੀਕ ਫੌਜੀ ਨਹੀਂ ਲਿਖਦਾ ਤੇ ਸਿਰ ਮੇਰਾ ਫਾੜ ਨੂੰ ਫਿਰਦੀ ਹੈ। ਹੁਣ ਮੈਂ ਜਾ ਕੇ ਫੌਜੀ ਨੂੰ ਕਹਾਂ ਬਈ ਤੂੰ ਚਿੱਠੀ ਲਿਖ ਕੱਲ ਨੂੰ ਕੋਈ ਹੋਸ ਨਹੀਂ ਦੇ ਰਹੇਗੀ ਤੇ ਆਪਾਂ ਤਾਂ ਹਨੂੰਮਾਨ ਦੇ ਭਗਤ ਹੈ ਸਾਥੋਂ ਨਹੀਂ ਇਹ ਕੰਮ ਹੁੰਦਾ। ਮੈਂ ਦੱਸਾਂ ਗੱਲ ਹੀ ਬਾਤ ਨਹੀਂ ਬਈ ਤੈਨੂੰ ਕੀ ਹੋ ਗਿਆ ਸੇਵਾ ਰਾਮਾ ਕੱਲੇ ਹੀ ਬਚਨ ਬਲਾਸ ਕਰਦਾ ਉਹਨੇ। ਉਹ ਹੋਰ ਕੀ ਕਰਾਂ ਉਹ ਦਾਨੋ ਹੌਲਦਾਰ ਨਹੀਂ ਹੈ ਨਾ ਉਹ ਮੇਰਾ ਖੜੇ ਨਹੀਂ ਛੱਡਦੀ। ਮੈਨੂੰ ਕਹਿੰਦੀ ਜੇ ਕੱਲ ਫੌਜੀ ਦੀ ਚਿੱਠੀ ਨਾ ਲੈ ਕੇ ਆਇਆ ਨਾ ਤਾਂ ਮੈਂ ਤੈਨੂੰ ਗਲੀ 'ਚ ਨਹੀਂ ਬਣ ਦੇਣਾ। ਬਈ ਚੱਲ ਛੱਡ ਪਰਾਂ ਉਸ ਕਬੱਤੀ ਦਾ ਤਾਂ ਸਵਾਈ ਇਹ ਜਾ ਤੂੰ ਮੈਨੂੰ ਕੋਈ ਨਵੀਂ ਤਾਜ਼ੀ ਪਿੰਡ ਦੀ ਗੱਲ ਸੁਣਾ। ਹੋਰ ਕਿਹੜੀ ਖਬਰ ਦੱਸਾਂ ਤੈਨੂੰ ਭੂਆ ਮਰੀ ਦੇ ਜਾਣਿਆ ਮੈਂ ਤੇਰੀ ਭੂਆ ਕਿਹੜੇ ਪਾਸੋਂ ਲੱਗਦੀ ਆ। ਅੱਜ ਪਿੰਡ ਦੀਆਂ ਤੀਵੀਆਂ ਨੇ ਪਤਾ ਨਹੀਂ ਕੀ ਖਾਧਾ ਸਾਰੀਆਂ ਹੀ ਆਪਣੀਆਂ ਫਿਰਦੀਆਂ। ਮੈਂ ਕੀ ਕਿਹਾ ਲੈ ਤੈਨੂੰ ਇੱਕ ਨਵੀਂ ਨਵੀਂ ਖਬਰ ਦੱਸਣ ਲੱਗਿਆ। ਉਹ ਜੰਡਾਲਿਆਂ ਦੀ ਕੁੜੀ ਆ ਨਾ। ਕਿਹੜੀ? ਉਹ ਪਤਲੀ ਜੀ। ਪਤਲੀ ਜੀ ਉਹ ਜਿਹੜੀ ਸੁਰਮਾ ਵਾਲਾ ਪਾਉਂਦੀ ਆ ਤੂੰ ਦੇਖੀ ਹੋਣੀ ਹੈ। ਹਾਂ 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 ਬਈ ਕੀ ਹੋਇਆ ਉਹਨੂੰ? ਉਹ ਕੱਲ ਪਟਵਾਰੀ ਕਰਦੇ ਮੁੰਡੇ ਨਾਲ ਨਿਕਲ ਗਈ। ਹੇ ਰੱਬ ਸੱਚਿਆ ਇਹ ਕੀ ਬਾਣਾ ਕੀਤਾ ਕਾਲੇ ਦਿਲ ਵਾਲੀ ਨੇ। ਲੈ ਹੋਰ ਗੱਲ ਸੁਣ ਲੈ ਨਵੀਂ ਨਕੋਰ ਜੇ ਗੁੱਸਾ ਨਾ ਕਰੇ ਤਾਂ। ਬਈ ਗੁੱਸੇ ਵਾਲੀ ਕਿਹੜੀ ਗੱਲ ਹੈ ਮੈਨੂੰ ਤੂੰ ਗੱਲ ਦੱਸ। ਉਹ ਬਲਵੰਤੇ ਦੀ ਕੁੜੀ ਹੈ ਨਾ ਚੰਨੀ। ਤੇ ਕਿਹੜੇ ਬਲਵੰਤੇ ਦੀ? ਸੋਡੇ ਵਾਲੇ ਬਲਵੰਤੇ ਦੀ। ਅੱਛਾ ਸਾਡੇ ਵਾਲੇ ਬਲਵੰਤੇ ਦੀ ਉਹ ਗੋਰੀ ਗੋਰੀ ਬਿੱਲੀਆਂ ਖਾ ਵਾਲੀ। ਹਾਂ ਉਹ ਵੀ ਅੱਜ ਕੱਲ ਸੁਰਮਾ ਮੜਕਾਉਣ ਲੱਗ ਗਈ। ਤੇ ਕਿਹਦੇ ਨਾਲ? ਬੇ ਦੱਸ ਤਾਂ ਸਹੀ ਮੇਰਾ ਸਾਹ ਡੱਕਿਆ ਪਿਆ ਹੈ। ਪਸ ਰਹਿਣ ਦੇ ਐਵੇਂ ਸਾਪਾ ਪੈ ਜਾਊਗਾ। ਬੇ ਸਿਆਪਾ ਦਾ ਪਾਉਣਾ ਤੂੰ ਗੱਲ ਤਾਂ ਦੱਸ। ਉਹ ਨਾ ਸੋਡੇ ਗੁਰਦਿੱਤੇ ਨਾਲ ਫਸੀ ਵੀ ਹੈ। ਸਾਡੇ ਗੁਰਦਿੱਤੇ ਨਾਲ ਖੱਬੀ ਅੱਖ ਫਰਕੀ ਹੈ ਰੱਬ ਸੁਖ ਰੱਖੇ। ਵੇ ਸੇਵਾ ਰਾਮਾ ਤੂੰ ਸਾਰੇ ਪਿੰਡ ਦੀ ਸੇਵਾ ਕਰਦਾ। ਅੱਛਾ ਇਸ ਕੁੜੀ ਨੂੰ ਬਚਾ। ਸੁਣ ਬਲਵੰਤ ਸਿੰਘ ਨੂੰ ਸਮਝਾ ਬਈ ਸਿਆਣਾ ਬਣੇ। ਤੂੰ ਤਾਂ ਸਿੱਧੇ ਸ਼ੇਰ ਦੇ ਮੂੰਹ ਥੁੰਨੀ ਜਾਨੀ ਐ ਉਹਨੇ ਤਾਂ ਖਾ ਕੇ ਟਕਾਰ ਵੀ ਨਹੀਂ ਲੈਣਾ। ਬਈ ਮਰੀ ਦੇ ਜਾਣਿਆ ਜੇ ਮਰ ਗਿਆ ਤਾਂ ਫਿਰ ਖਬਰ ਕਿਵੇਂ ਪਹੁੰਚੂਗੀ? ਖਬਰ ਤਾਂ ਸ਼ਾਮ ਦੀ ਦਾਗ ਹੀ ਪਹੁੰਚੂਗੀ। ਬਾਖਰਾ ਤੇ ਸਾਕਰਾ ਇੱਥੇ ਟੱਪਦੇ ਤੂੰ ਆ ਨਾ ਨਿਕਲੇ। ਹਜ਼ੂਰ ਮੈਂ ਤਾਂ ਤੁਹਾਡੇ ਹੁਕਮ ਤੋਂ ਪਹਿਲਾਂ ਹੀ ਸੇਵਾ ਰਾਮ ਦੇ ਕੰਨ ਖਿੱਚ ਦਿੱਤੇ ਨੇ। ਕਿਸੇ ਤੁਖਮ ਦੀ ਔਲਾਦ ਨੇ ਕਿੱਡੀ ਮਹਿੰਗੀ ਬਾਜ਼ੀ ਖੇਡੀ ਹੈ ਮੈਂ ਭੁੰਨ ਕੇ ਰੱਖ ਦਿਆਂਗਾ। ਕਮਲ ਕਿਦਾਂ ਇਸ ਸਪੂਲੀਏ ਦੀ ਸਿਰੀ ਸਰਾ ਵਿਚਾਰ ਕੇ ਪਿਆਵਾਂਗੇ। ਇੰਜ ਨਾ ਹੋਵੇ ਕਿ ਉਹਦੇ ਖੂਨ ਦੇ ਛਿੱਟੇ ਸਾਡੀ ਇੱਜ਼ਤ ਦੀ ਦਾਗੀ ਕਰ ਦੇਣ। ਕੰਧਾਂ ਤੋਂ ਬਾਹਰ ਜੇ ਅੱਜ ਤੋਂ ਬਾਅਦ ਜਾਗਣ ਦੀ ਕੋਸ਼ਿਸ਼ ਵੀ ਕੀਤੀ ਤਾਂ ਜੀਉਣ ਦੇ ਚੀਜ਼ੀਆਂ ਚਰਵਾ ਦਿਆਂਗਾ। ਇਹ ਗੱਲ ਸਮਝਾ ਰਹੀ ਆਪਣੀ ਧੀ ਨੂੰ? ਨਾ ਰੋਤੀਏ ਨਾ ਰੋ, ਇਹ ਤਾਂ ਹੋਣਾ ਹੀ ਸੀ। ਬਸ ਸਮਝ ਲੈ ਇਹੋ ਸਾਡੇ ਸੁੱਖ ਦਾ ਘੇਰਾ ਹੈ ਜੋ ਉਸਦੀ ਮਰਜ਼ੀ। ਆ ਰਿਹਾ ਤੇਰਾ ਤਾਇਆ।
भाई रेशम सिंह तू तो ईद का चन बन गया यार। तेरी भैन ताया जिंदा रहे। कद आया पुत्र? आज सवेर की गड्डी आया ताया जी। तुसी सुनाओ तुहाडी सेहत ठीक है ना? नौ बर नौ हां। जवान पुत्ता नु वेख के तो सिर लहू आ जांदा है। क्यों रेशम सिंह? बिल्कुल सच है, पर अपना किसान पुत नहीं नजर कितने आ रहा। ओ वेख जट मिट्टी चो किस्मत दे मोती चुग रहा है। ओ गुरदित्य आ वेख कौन आया। सत श्री अकाल चाचा जी। ओए ओए आ भाई फौजिया। ओए आ भाई पहलिया। ओ सुना भाई तेरा की हाल है। आ हाय। ओ सुना भाई फौजिया की हाल है। बस बाबे दी मेहर है, तू सुना। बड़ी मेहनत कर रहे हैं। ओ तैनू पता ही अभी कर मजदूरी ते खा चोरी। यारा की इत्तेफाक है, मेरा पुत धरती नू अपने पसीने नाल सिंज रहा है और तेरा पुत उसकी राखी लई लहू डोलन नू तैयार है। एदी मां ने मरदे समय आख्या सी कि मैं तो पुत सुख नहीं वेख सकांगी, इनू फौज भर्ती करवा देना, मेरे दुध कर्जा लथ जाएगा। वाह यारा तन्ने पंजाब दी धरती जिथे एडे जिगरे वालिया मावां ने, पर अज वेखो पंजाब नू, अज पूरे पंजाब दे अंग अंग च लहू वग रहा है। एदे पानिया च किन्ने सहर खोल दिता। दुआ करो कोई और परेशानी ना होवे।